ਕਿਉਂ ਭਾਈ ਲੈ ਗਏ ਰਹੇ ਚੱਕ ਕੇ ਆਇਆ ਨਹੀਂ ਰਹੇ ਹਨਾ ਯਾਰ ਸੈਟੀ ਚ ਨਹੀਂ ਆਇਆ ਆਪਣੇ ਜੀਰੇ ਦੁਕਾਨਾਂ ਤੇ ਵੀ ਖੇਣ ਚ ਦੁਕਾਨਾਂ ਤੇ ਫਿਰ ਮਿਲ ਜੂ ਆਪਾਂ ਨੂੰ ਕਾਲ ਜਿਹੜਾ ਇਹ ਡੇਰਾ ਜਰਾਇਲ ਆ ਭਰ ਲਿਆ ਭੁੰਡਾ ਬਈ ਬੱਚੋ ਲੈ ਐਂ ਦੱਸੋ ਵੀ ਭੁੰਡੇ ਦੇ ਸਪੈਲਿੰਗ ਕੀ ਹੁੰਦੇ ਆ ਪਤਾ ਕਿਸੇ ਨੂੰ ਭੁੰਡੇ ਦੇ ਸਪੈਲਿੰਗ ਭੁੰਡੇ ਦੇ ਸਪੈਲਿੰਗ ਹੁੰਦੇ ਆ ਪੀ ਡਬਲ ਓ ਐਨ ਡੀ ਏ ਭੁੰਡਾ ਦੇਖੀ ਬਾਈ ਐਂ ਸ਼ਬਦਾਂ ਦੀ ਖੋਜ ਹੁੰਦੀ ਆ ਪੀ ਪੀ ਸੁਣਿਆ ਸੀ ਕਿਤੇ ਏ ਬੀ ਸੀ ਚ ਪੀ ਆਉਂਦਾ ਆ ਫੜ ਤਾਂ ਅੱਗੇ ਸਾਹਮਣੇ ਨਹੀਂ ਆਉਂਦਾ ਨਾ ਇਹ ਨਵੇਂ ਸ਼ਬਦ ਐਂ ਬਣਦੇ ਆ ਨਵੇਂ ਅੱਖਰ ਐਂ ਖੋਜ ਹੁੰਦੇ ਆ ਹੁਣ ਮੈਂ ਤੈਨੂੰ ਪੁੱਛਾਂ ਮਿੱਠੂ ਦੇ ਸਪੈਲਿੰਗ ਕੀ ਹੁੰਦੇ ਆ ਮਿੱਠੂ ਐਮ ਆਈ ਇੱਠ ਯੂ ਮਿੱਠੂ ਇੱਠ ਤੋਂ ਇੱਠ ਸੁਣਿਆ ਸੀ ਕਿਤੇ ਇੱਠ ਇੱਠ ਵੀ ਨਵਾਂ ਅੱਖਰ ਆ ਇਹ ਵੀ ਲਿਖ ਲਓ ਠੀਕ ਆ ਤੇ ਹੁਣ ਆਪਾਂ ਸਿੱਟਣਾ ਰੇ ਬੱਚਿਆਂ ਨੂੰ ਰੇ ਸਿੱਟਣ ਦੀ ਦੇਵਾਂਗੇ ਸਿਖਲਾਈ ਲੇਕਿਨ ਕੋਈ ਖਰਾਬੀ ਨਹੀਂ ਕਰਨੀ ਬੱਚੋ ਠੀਕ ਆ ਜੀ ਪ੍ਰੀਤ ਵੀਡੀਓ ਬਣਾ ਰਿਹਾ ਆਪਣਾ ਤੇ ਪ੍ਰੀਤ ਨੂੰ ਪਾਉਣੇ ਚੜੂੰਗਾ ਕਹਿੰਦੇ ਚੜੂੰਗਾ ਚੜੂੰਗਾ ਨੀ ਬੱਲੀਏ ਹੈ ਚੱਕਲਾ ਚੜੂੰਗਾ ਨੀ ਬੱਲੀਏ ਚੜੂੰਗਾ ਚੜੂੰਗਾ ਨੀ ਬੱਲੀਏ ਚੱਕ ਕੇ ਮਾੜਾ ਜਿਹਾ ਘੱਟ ਤਾਂ ਠੀਕ ਆ ਮੇਰਾ ਪੂਰਾ ਹੋ ਜਾਣ ਜਾਂ ਮੇਰੇ ਕੋਲ ਕਿੱਦੀ ਯਾਰ ਬਾਲਾ ਬਾਲਾ ਕਿੱਦੇ ਤੋਂ ਬਾਲਾ ਇੱਥੇ ਰੱਖ ਲਓ ਪੁੱਤ ਆ ਕੇ ਪੀਨੇ ਪਾਣੀ ਆ ਕੇ ਪੀਨੇ ਪਾਣੀ ਬਈ ਔਖਾ ਕੰਮ ਮੱਲਾ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਵੋਟ ਮੰਗਣ ਆਵੇ ਹਨਾ ਉਹਨੂੰ ਕਹਵੇ ਵੀ ਚੜੂੰਗਾ ਪਾਲਾ ਅੱਧੀ ਬੋਰੀ ਦਾ ਪਾ ਦਿੰਦੇ ਵੀ ਊਂ ਤਾਂ ਅਸੀਂ ਪੌਣੀ ਬੋਰੀ ਦਾ ਚੱਕਦੇ ਹਾਂ ਤੇ ਚੜੂੰਗਾ ਪਾ ਕੇ ਜਿਹੜਾ ਬੰਦਾ ਕਿੱਲਾ ਨੰਘ ਜੂ ਸਿਰੇ ਨਹੀਂ ਗਰਮੀ ਤਾਂ ਇੱਧਰ ਆਇਆ ਵਾ ਇੱਕ ਗੇੜਾ ਦੇਖ ਲਈ ਪ੍ਰੀਤ ਹਾਂ ਬਈ ਅਗਲੇ ਨੂੰ ਕਵੇ ਬਈ ਪੌਣੀ ਅੱਧੀ ਬੋਰੀ ਦਾ ਪਾ ਦਿੰਦੇ ਹਾਂ ਚੜੂੰਗਾ ਬਈ ਜਿਹੜਾ ਬੰਦਾ 2 ਕਿੱਲੇ ਲੰਮਾ ਉੱਠ ਗਿਆ ਤੇ ਉਧਰੋਂ ਆਇਆ ਮੋੜ ਲੈ ਵੀ ਉਹਨੂੰ ਅੜਕੀ ਅਸੀਂ ਵੋਟ ਪਾ ਦਿੱਤਾ ਬਟੂਗਾ ਲੱਭਣ ਵਾਲੀ ਵੀਡੀਓ ਬਣਾਈ ਸੀ ਜੀ ਰੁੱਤ ਚ ਬੰਦੇ ਨੂੰ ਕਹਿ ਦੇ ਬਟੂਗਾ ਲੱਭ ਜੂ ਹੁਣ ਆਪਦਾ ਵੀ ਸੱਟ ਕੇ ਭਾਜੂ ਆਪਦਾ ਵੀ ਸੱਟ ਕੇ ਭਾਜੂ ਯਾਰ ਬਾਈ ਉਹਨੂੰ ਵੀਡੀਓ ਨੂੰ ਯਾਰ ਬੜਾ ਪਿਆਰ ਦਿੱਤਾ ਯਾਰ ਲੋਕਾਂ ਨੇ ਠੇਕੇ ਵਾਲੀ ਨੂੰ ਹਨਾ ਉਹ ਸਹੀ ਗੱਲ ਲਿਆਵਾਂ ਨਾ ਵੀ ਉਹ ਘਰ ਘਰ ਦੀ ਕੋਈ ਸਟੋਰੀ ਲਾ ਲਾ ਤੂੰ ਇਹ ਕਰਦੇ ਤਾਂ ਆਈ ਆਪਣੇ ਜ਼ਿੰਮੇਦਾਰ ਪਿੰਡ ਦੀ ਸਟੋਰੀ ਹਰ ਇੱਕ ਘਰ ਦੀ ਸਟੋਰੀ ਆ ਤੇਰੇ ਕੋਲੇ ਆ ਹੁਣ ਚੀਕਾਂ ਮਾਰੀ ਜਾਂਦੇ ਆ ਨਾ ਔੜ ਲੱਗ ਗਈ ਔੜ ਲੱਗ ਗਈ ਔੜ ਲੱਗ ਗਈ ਜਦੋਂ ਝੋਨਾ ਵੱਢਿਆ ਗਿਆ ਉਦੋਂ ਹੀ ਤੈਨੂੰ ਪੁੱਛਦੇ ਦਿਖਾ ਤੂੰ ਗੱਲ ਸਹੀ ਮੈਂ ਮਾੜਾ ਜਿਹਾ ਕਹਿਤਾ ਇੱਥੇ ਅਗੇ ਤੂੰ ਗਾਂ ਨੂੰ ਆਲੂ ਕਿੰਨੇ ਲਾਉਣੇ ਆ ਉਹਦੇ ਤੋਂ ਪੁੱਛਣ ਲੱਗ ਗਿਆ ਆ ਪੁੱਤ ਹਨਾ ਇੱਥੇ ਰੱਖ ਦਿੰਦੇ ਅੰਦਰ ਰੱਖ ਉਹ ਮਚਾ ਦਿਆਂਗੇ ਧਾਗੇ ਹਾਂ ਧਾਗੇ ਸਾਰੇ ਮਚਾਉਣੇ ਤੇ ਮੈਂ ਕਿਹਾ ਤੂੰ ਆਲੂਆਂ ਦੀ ਗੱਲ ਕਰਦਾ ਇਹ ਨਹੀਂ ਪਤਾ ਮੇਰਾ ਮੈਂ ਪੈਲੀ ਠੇਕੇ ਤੇ ਦੇ ਰਿਹਾ ਹਾਂ ਮੈਨੂੰ ਤਾਂ ਕੋਈ ਦੁਕਾਨਦਾਰੀ ਕੋਈ ਹੋਰ ਕੰਮ ਕਰਦੇ ਆ ਸਿਸਟਮ ਤਾਂ ਫੇਲ ਆ ਇਹਦਾ ਹਾਂ ਠੇਕੀ ਵਾਲਾ ਹਾਂ ਮੈਂ ਹੱਸਣ ਲੱਗ ਗਿਆ ਮੈਂ ਇਹ ਹੋ ਸਕਦਾ ਮੈਂ ਤੂੰ ਗੱਲ ਕਰ ਕਿੰਨਾ ਠੇਕਾ ਲੈਣਾ ਉਹਦੇ ਮੈਂ ਕਿਹਾ ਠੇਕਾ ਤਾਂ ਹੁਣ ਜਿਹੜਾ ਲੋਕਾਂ ਦਾ ਉਹ ਹੀ ਨਹੀਂ ਕਹਿੰਦਾ ਤੇਰੇ ਬਾਹਣ ਨੂੰ ਕਹਿੰਦਾ ਮੈਂ 3000 ਵੱਧ ਦੇ ਦੂੰ ਲੋਕਾਂ ਨੂੰ 3000 ਮੈਂ ਕਿਹਾ ਵਜਾ ਅਖੇ ਪਾਣੀ ਤੇਰੇ ਕੋਲੇ ਪਾਣੀ ਆਮ ਆ ਸੂਆ ਏ 2 ਮੋਟਰਾਂ ਏ
ਤੈਨੂੰ ਬਚੂ ਕੀ ਲੈਣ ਵਾਲਾ ਕਹਿੰਦਾ ਵੀ ਮੈਂ ਤੈਨੂੰ ਵੱਧ ਪੈਸੇ ਦਿੰਦਾ ਓਹੀ ਗੱਲ ਹੁਣ ਹੁਣ ਪੈਲੀ ਠੇਕੇ ਤੇ ਦੇਣ ਵਾਲੇ ਦਾ ਕਸੂਰ ਆ ਲੈਣ ਵਾਲੇ ਦਾ ਕਸੂਰ ਆ ਇੱਥੇ ਠੇਕੇ ਤੇ ਦੇਣ ਵਾਲੇ ਤਾਂ ਆਪਦਾ ਲਾਲਚ ਹੋ ਜਾਂਦਾ ਆਹ ਹਾਲਾਤ ਹੋਏ ਪਏ ਆ ਲੋਕਾਂ ਦੇ ਯਾਰ ਅਸਲ ਚ ਨਾ ਜਿਵੇਂ ਜੂਆ ਨੀ ਖੇਡਦੇ ਹੁੰਦੇ ਵੀ ਜਦੋਂ ਉਹ ਸੱਟੇ ਵਾਲਿਆਂ ਦਾ ਕੰਮ ਹੁੰਦਾ ਜਾਂ ਜੂਏ ਵਾਲੇ ਦਾ ਉਹ ਕੀ ਕਰਦੇ ਹੁੰਦੇ ਜਦੋਂ ਉਹਨਾਂ ਨੇ ਕੀ ਕਰਨਾ ਵੀ 100 ਰੁਪਇਆ ਹਾਰ ਗਏ ਉਹਨੇ ਅਗਲੀ ਵਾਰ ਨੂੰ 200 ਲਾਉਣਾ 200 ਲਾਉਣਾ ਬਈ ਮੇਰਾ ਪਿਛਲਾ ਵੀ 100 ਨਿਕਲਿਆ ਵੇ ਹਾਂ ਤੇ ਮੈਂ ਗਾਂ ਵਾਲਾ 100 ਵੀ ਘਰੇ ਵੀ ਲੈ ਜਾ ਤੇ ਬੋਤਲ ਜੋਗੇ ਹੀ ਬਾਅਦ ਹਾਂ ਗੱਲ ਇੱਥੇ ਕਰੀ ਆ ਐ ਐਵੇਂ ਹੀ ਕੰਮ ਜ਼ਿਮੀਦਾਰਾਂ ਦਾ ਜੇ 31 ਲੱਖ ਰੁਪਇਆ ਘਾਟਾ ਪੈ ਗਿਆ ਇਹਨਾਂ ਨੇ ਐ ਨਹੀਂ ਸੋਚਣਾ ਵੀ ਘਾਟਾ ਪੈ ਗਿਆ ਵੀ ਪੈਲੀ ਘਟਾ ਦਗੇ ਇਹਨਾਂ ਨੇ ਸੋਚਣਾ ਵੀ ਅਗਲੀ ਵਾਰ ਨੂੰ ਤੂੰ ਵੱਧ ਕਰਕੇ ਵੀ ਜਾਣੇ ਜਮਾ ਜੂਏ ਵਾਲੀ ਗੇਮ ਬਣੀ ਵੀ ਆ ਤੇ ਜਾਂ ਇਹ ਕਹਿ ਲਾ ਵੀ ਕਈ ਲੋਕਾਂ ਦਾ ਤਾਂ ਜਿਹੜਾ ਠੇਕੇ ਤੇ ਚੜ ਚੜ ਲੈਂਦੇ ਵੀ ਉਹਨਾਂ ਦੀ ਤਾਂ ਇਹ ਜਾਇਦਾ ਵੀ ਸਰਕਾਰ ਦੀ ਕੀ ਮਜਾਲ ਆ ਸਾਨੂੰ ਪਹਿਲਾਂ ਵੇਚ ਦੇਵੇ ਅਸੀਂ ਤਾਂ ਪਹਿਲਾਂ ਸਰਕਾਰ ਨੂੰ ਪਹਿਲਾਂ ਤਾਂ ਖੁਦ ਵਿਕਾ ਜਿੱਥੇ ਸਾਰੇ ਹੀ ਕਸੂਰਵਾਰ ਆ ਜਿੱਥੇ ਸਰਕਾਰਾਂ ਤਾਂ ਸਾਡੀਆਂ ਹੈਗੀਆਂ ਯਾਰ ਉਹਨਾਂ ਦੇ ਜਿਹੋ ਜਿਹੇ ਲੋਕ ਹੋਣਗੇ ਉਹੋ ਜਿਹੇ ਲੀਡਰ ਹੋਣਗੇ ਕਿਹਦਾ ਲਿਖਿਆ ਪਿਆ ਉਹ ਨਰਿੰਦਰ ਸਿੰਘ ਕਪੂਰ ਲਿਖਦਾ ਹਾਂ ਮਾਂ ਦੇ ਮਣਕੇ ਦੇ ਵਿੱਚ ਉਹ ਨਰਿੰਦਰ ਸਿੰਘ ਕਪੂਰ ਲਿਖਦਾ ਕਹਿੰਦਾ ਜਿੱਦੇ ਕਹਿੰਦਾ ਸਾਡੀ ਸੋਚ ਸਿੱਧੀ ਹੋ ਗਈ ਨਾ ਉਦੋਂ ਸਾਡੀਆਂ ਗਲੀਆਂ ਨਾਲੀਆਂ ਤੇ ਸਿਆਸਤ ਆਪੇ ਸਿੱਧੀ ਹੋ ਗਈ ਗੱਲ ਇੱਥੇ ਖੜੀ ਹੈ ਬਈ ਮਤਲਬ ਕਿਤੇ ਨਾ ਕਿਤੇ ਜਿਹੜਾ ਆਪਾਂ ਹੀ ਜਨਮ ਦਿੰਨੇ ਆ ਯਾਰ ਜਦੋਂ ਹੁਣ ਮੇਰਾ ਤੇਰੇ ਨਾਲ ਬੈਂਕ ਆ ਜਦੋਂ ਮੈਂ ਹੀ ਨਹੀਂ ਚਾਹੁੰਦਾ ਬਈ ਤੇਰੇ ਘਰ ਦੀ ਮੂਰਲੀ ਬੀਹੀ ਬਣੇ ਤੇ ਤੂੰ ਮੇਰੇ ਸਾਹਮਣੇ ਵਾਲੀ ਨਹੀਂ ਚਾਹੁੰਦਾ ਹੁਣ ਕੀ ਆ ਮੈਂ ਇੱਕ ਗੱਲ ਦੇਖੀ ਆ ਪਿੰਡਾਂ ਚ ਸਿਆਸਤ ਜੇ ਪਿੰਡ ਸਾਰੇ ਪਿੰਡ ਦੀਆਂ ਜੇ ਸਰਪੰਚ ਸਾਰੇ ਪਿੰਡ ਦਾ ਕੰਮ ਨਹੀਂ ਕਰਦਾ ਫੇਰ ਤਾਂ ਉਹਨੂੰ ਹਜੇ ਵੋਟਾਂ ਪੈ ਜਾਣਗੀਆਂ ਜੇ ਉਹਨੇ ਅੱਧੇ ਪਿੰਡ ਦਾ ਕੰਮ ਕਰਤਾ ਫੇਰ ਉਹਦੇ ਨਾਲ ਲੋਕ ਗੁੱਸੇ ਵੱਧ ਹੋ ਜਾਂਦੇ ਉਹ ਕਹਿੰਦੇ ਤੂੰ ਫਲਾਨਿਆਂ ਦਾ ਕਾਹਤੋਂ ਕੀਤਾ ਸਾਡਾ ਨਹੀਂ ਕੀਤਾ ਉਹ ਸਰਜੂ ਜਿਨ੍ਹਾਂ ਦਾ ਤਾਂ ਕੀਤਾ ਨੀ ਉਹਨਾਂ ਨੇ ਤਾਂ ਗੁੱਸੇ ਹੋਣਾ ਹੀ ਹੋਣਾ ਜਿਹਦਾ ਕਰਤਾ ਗੁੱਸੇ ਉਹ ਵੀ ਹੋ ਜਾਂਦੇ ਆ ਉਹ ਹੋਰ ਉਮੀਦ ਰੱਖਣ ਲੱਗ ਜਾਂਦੇ ਆ ਉਹ ਵੱਡੀ ਹੋ ਜਾਂਦੀ ਉਹ ਜੇ ਇੰਟਰਲੋਕ ਲਾਇਆ ਤਾਂ ਸਾਡੀਆਂ ਨਾਲੀਆਂ ਫਿਰ ਨਾਲੀਆਂ ਦਾ ਸਿਆਪਾ ਇਹ ਪੈਂਦਾ ਕੋਈ ਕਹਿੰਦਾ ਸਾਡੇ ਵਾਰ ਚ ਉੱਚੀ ਕਰਤੀ ਸਾਡਾ ਪਾਣੀ ਰੁਕ ਗਿਆ ਤੂੰ ਹੋਰ ਦੇਖ ਜੇ ਉਹ ਸਾਰਿਆਂ ਦਾ ਭਲਾ ਨੀ ਦੇਖਦਾ ਉਹ ਕਹਿੰਦਾ ਵੀ ਮੇਰਾ ਕੀ ਕੀਤਾ ਫਿਰ ਇੱਕ ਗੱਲ ਹੋਰ ਆ ਉਹ ਕਹਿੰਦਾ ਜੇ ਤੂੰ ਮੇਰਾ ਕਰਤਾ ਉਹਦਾ ਨੀ ਏਡਾ ਫਾਇਦਾ ਹੋਇਆ ਯਾਰ ਤੂੰ ਗਵਾਂਢੀਆਂ ਦਾ ਫਾਇਦਾ ਕਿਵੇਂ ਕਰਤਾ ਉਹਨਾਂ ਦਾ ਕਿਵੇਂ ਕਰਤਾ ਤੂੰ ਬਸ ਆਹ ਗੱਲ ਉਹ ਮਤਲਬ ਨਾ ਲੋਕ ਇਹੋ ਜਿਹਾ ਕੰਮ ਆ ਸਾਡੇ ਲੋਕਾਂ ਦਾ ਬਈ ਉਹ ਆਪਦੇ ਸੁੱਖ ਤੋਂ ਆਪਦੇ ਕਹਿੰਦੇ ਦੁੱਖ ਤੋਂ ਨੀ ਦੁਖੀ ਜਿੰਨੇ ਕਿਸੇ ਦੇ ਸੁੱਖ ਤੋਂ ਦੁਖੀ ਆ ਹਨਾ ਹੁਣ ਸਾਡੇ ਆਮ ਜਿਹੜੇ ਤੂੰ ਅਗਲਾ ਕਹਿੰਦਾ ਲਾਲਾ ਮਾਤਾ ਲਾਲਾ ਬੁੱਧੀ ਹੈ ਬਾਹਲੇ ਸਿਆਣੇ ਦਿਮਾਗ ਤਾਂ ਆਪਣਾ ਉਹਨਾਂ ਨਾਲੋਂ ਜ਼ਿਆਦੇ ਆ ਆਪਣਾ ਦਿਮਾਗ ਲਾਲਿਆਂ ਨਾਲੋਂ ਜ਼ਿਆਦੇ ਆ ਪਰ ਅਸੀਂ ਉਹ ਲਾਲੇ ਕੀ ਸੋਚਦੇ ਆ ਉਹ ਕਹਿੰਦੇ ਵੀ ਲੈ ਵੀ ਫਲਾਨੇ ਨੇ ਦੁਕਾਨ ਪਾ ਲਈ ਮੱਛੀ ਮੋਟਰਾਂ ਦੀ ਆਹ ਸਮਾਨ ਰੱਖ ਲਿਆ ਹਾਰਡਵੇਅਰ ਦਾ ਰੱਖ ਲਿਆ ਆਪਾਂ ਦੁਕਾਨ ਪਾਉਣੀ ਆ ਆਪਾਂ ਹੋਰ ਪਾਉਣੀ ਆ ਦੁਕਾਨ ਜੇ ਆਪਾਂ ਉਹ ਦੁਕਾਨ ਪਾਉਣੀ ਆ ਤਾਂ ਮਟੀਰੀਅਲ ਉਦੋਂ ਚੰਗਾ ਰੱਖਣਾ ਵਧੀਆ ਕੁਆਲਿਟੀ ਦੇਣੀ ਆ ਤੇ ਸਾਡੇ ਲੋਕਾਂ ਦਾ ਕੀ ਕੰਮ ਆ ਜੇ ਕਿਸੇ ਨੇ ਕੋਈ ਕੰਮ ਬੈੱਡ ਲੈ ਲਿਆ ਵੀ ਫਲਾਨੇ ਦਾ ਕੰਮ ਚੱਲ ਪਿਆ ਉਹ ਕਹਿੰਦੇ ਵੀ ਉਹਦਾ ਕੰਮ ਫੇਲ ਕਿਵੇਂ ਹੋਊਗਾ ਇਹ ਵਿਆਹ ਕਲਾਉਣੀ ਮੈਂ ਤੁਹਾਨੂੰ ਦੱਸਦਾ ਬਈ ਸਾਡੇ ਨਾਲ ਨਾ ਇੱਕ ਜਵਾਕ ਪੜਦਾ ਹੀ ਲਾਲਿਆਂ ਦਾ ਤੇ ਅਸੀਂ ਨਾ ਉਦੋਂ ਖੇਡਣ ਗਏ ਮੋਗੇ ਝੋਲਾ ਚੱਕ ਹੋਇਆ ਉਹਦਾ ਮੋਗੇ ਖੇਡਣ ਉੱਠ ਗਏ ਤੇ ਮੋਗੇ ਨਾ ਸਾਨੂੰ ਸਾਡੇ ਮਾਸਟਰ ਨੇ ਪੈਸੇ ਫੜਾਤੇ ਕਹਿੰਦਾ ਵੀ ਖਾਣ ਨੂੰ ਲਿਆਓ ਤੇ ਅਸੀਂ ਖਾਣ ਨੂੰ ਲੈਣ ਉੱਠ ਗਏ
ਜਿਹੜੇ ਤਾਂ ਕੇਲੇ ਕੂਲੇ ਸੀ ਉਹ ਤਾਂ ਰੇੜੀ ਤੇ ਲੈ ਲਏ ਤੇ ਜਦੋਂ ਅਸੀਂ ਲੈਣ ਲੱਗੇ ਨਾ ਬਈ ਦੂਜਾ ਸਮਾਨ ਭੁਜਗਾ ਭਜਗਾ ਹੋਰ ਪਕੌੜੀਆਂ ਪਕਾੜੀਆਂ ਤੇ ਮੈਨੂੰ ਲਾਲਿਆਂ ਦਾ ਮੁੰਡਾ ਕਹਿੰਦਾ ਬਈ ਇੱਥੋਂ ਨੀ ਲੈਣੇ ਉਹ ਗਾਹਾਂ ਤੋਂ ਲਵਾਂਗੇ ਗਾਹਾਂ ਤੋਰੀਗਾ ਕਈ ਦੁਕਾਨਾਂ ਲੰਘ ਗਾ ਕਈ ਦੁਕਾਨਾਂ ਜਾ ਕੇ ਤੇ ਆਪਣਾ ਅਸੀਂ ਜਾ ਵੜੇ ਮੈਂ ਕਿਹਾ ਯਾਰ ਇਹਨੇ ਕਿਹੜਾ ਆਪਾਂ ਨੂੰ ਸਸਤਾ ਲਾ ਤਾ ਇੰਨੀ ਬਾਟ ਤੂੰ ਲਿਆ ਆ ਉਹ ਕਹਿੰਦਾ ਨਹੀਂ ਇਹ ਬਾਈ ਮੇਰੇ ਮਾਸੜ ਦੀ ਦੁਕਾਨ ਤੇ ਮੇਰੇ ਡੈਡੀ ਨੇ ਆਖਿਆ ਬਈ ਜਿਹੜੀ ਵੀ ਚੀਜ਼ ਖਰੀਦਣੀ ਆ ਕਦੇ ਵੀ ਜ਼ਿੰਦਗੀ ਚ ਉਹ ਆਪਦੇ ਬੰਦਿਆਂ ਤੋਂ ਖਰੀਦਣੀ ਤੇ ਸਾਡੇ ਲੋਕ ਕੀ ਕਰਨਗੇ ਜੇ ਕਿਤੇ ਜ਼ਮੀਂਦਾਰ ਨੇ ਸਬਜ਼ੀ ਲਾ ਲਈ ਉਹ ਤਾਂ ਨਹੀਂ ਲੈਂਦੇ ਉਹ ਤਾਂ ਲੈਣ ਜਾਣਗੇ ਮੁਫ਼ਤ ਯਾਰ ਤੂੰ ਆਪਣੇ ਪਿੰਡ ਚ ਹੀ ਲਾ ਲਾ ਮੰਨ ਲਓ ਆਪਣੇ ਪਿੰਡ ਚ ਕੋਈ ਦੁਕਾਨ ਖੁੱਲ ਗਈ ਆਪਣਾ ਹੱਕ ਬਣਦਾ ਜੇ ਤੂੰ ਕੋਲ ਵਧਗਾ ਸਮਾਨ ਆ ਨਾ ਜਿਵੇਂ ਆਪਣੇ ਪਿੰਡ ਜਾਂ ਦਰਬਾਰ ਵਾਲੇ ਹੋਰ ਵੀ ਕਿੰਨੀਆਂ ਦੁਕਾਨਾਂ ਜੇ ਵਧਗਾ ਸਮਾਨ ਆ ਉਹਨਾਂ ਤੋਂ ਲਓ ਪਿੰਡ ਦਾ ਪੈਸਾ ਪਿੰਡ ਚ ਪਿੰਡ ਦੇ ਵਿੱਚ ਪਿੰਡ ਚ ਦੇ ਵਿੱਚ ਤਰ੍ਹਾਂ ਹੀ ਕਿਹੜਾ ਇਹ ਗੱਲ ਕਿਸੇ ਲੀਡਰ ਨੇ ਵੀ ਆਖੀ ਸੀ ਆਪਾਂ ਨੂੰ ਪਤਾ ਨਾ ਚੰਡੀਗੜ੍ਹ ਸੀਗੇ ਮੈਨੂੰ ਪਤਾ ਹਾਂ ਚੱਲ ਹੁਣ ਆਪਾਂ ਨਾਂ ਨੀ ਲੈਂਦੇ ਤੇ ਉਹ ਚੰਡੀਗੜ੍ਹੋਂ ਉਹਨਾਂ ਨੇ ਐਲਸੀਡੀ ਨੀ ਖਰੀਦੀ ਸੀ ਉਹ ਕਹਿੰਦੇ ਵੀ ਆਪਾਂ ਮੋਹਾਲੀ ਤੋਂ ਖਰੀਦਾਂਗੇ ਵੀ ਆਪਣੇ ਪੰਜਾਬ ਨੂੰ ਟੈਕਸ ਜਾਵੇ ਭਾਵੇਂ ਉਹਨਾਂ ਦੀ ਸੋਚ ਕਿਵੇਂ ਵੀ ਆ ਮਾੜੀ ਆ ਪਰ ਉਹ ਆਪਣੇ ਸਾਹਮਣੇ ਇੱਕ ਬਣੇ ਪਰ ਉਹਨਾਂ ਦੇ ਮੰਨ ਲਓ ਉਹ ਆਪਣੇ ਸਾਹਮਣੇ ਬਣ ਗਏ ਵੀ ਆਪਾਂ ਪੰਜਾਬ ਦਾ ਪੈਸਾ ਪੰਜਾਬ ਚ ਰੱਖਣਾ ਚਾਹੇ ਉਹ ਭਾਵੇਂ ਉਹ ਆਪਦਾ ਲਟਾਉਂਦੇ ਹੀ ਹੋਣ ਚੰਡੀਗੜ੍ਹ ਤੋਂ ਸਮਾਨ ਖਰੀਦਦੇ ਪਰ ਆਪਾਂ ਤਾਂ ਐਂ ਹੋ ਗਿਆ ਨਾ ਆਹ ਬੰਦਿਆਂ ਦੀ ਸੋਚ ਚੰਗੀ ਐਂ ਕਰਨ ਗੱਲ ਸਹੀ ਵੀ ਇਹ ਸੋਚ ਹੁੰਦੀ ਹੈ ਸਾਡੇ ਬੰਦੇ ਕੀ ਕਰਦੇ ਆ ਲੈ ਵੀ ਉਹ ਫਲਾਨਿਆਂ ਨੇ ਆਪਣੇ ਕੋਲ ਡੱਬੀਆਂ ਦੀ ਦੁਕਾਨ ਆ ਲੈਣਾ ਲਿਆ ਉਹ ਤੋਂ ਹੁੰਦਾ ਨੀ ਉਹ ਤਾਂ ਮਾੜਾ ਬੀ ਉਹਦਾ ਰੱਦੀ ਆ ਉਹ ਤਾਂ ਖੇ ਸੋਹਾ ਵੇਚਦਾ ਅੱਛਾ ਉਹ ਤੋਂ ਲਿਆ ਕੁਛ ਨੀ ਉਹਨੂੰ ਉਹ ਹੀ ਬਦਨਾਮ ਕਰ ਦੇਣਾ ਜਿਹੜੇ ਚਾਰ ਬੰਦੇ ਸੁਣਦੇ ਆ ਉਹਨਾਂ ਨੇ ਵੀ ਕਹਿ ਦੇਣਾ ਵੀ ਖੇ ਸਵਾਈ ਹੋ ਭਾਵੇਂ ਵਧੀਆ ਰੱਖੀ ਬੈਠਾ ਹੋਵੇ ਉਹ ਤੋਂ ਲਓ ਚੀਜ਼ ਲੈ ਕੇ ਦੇਖੋ ਜੇ ਰੇਟ ਵੱਧਦਾ ਤੁਹਾਨੂੰ ਰੇਟ ਵੱਧਦਾ ਜੇ ਚੀਜ਼ ਚੰਗੀ ਆ ਤਾਂ ਇਹ ਤਾਂ ਕਹਿ ਦੋ ਵੀ ਉਹਦੀ ਚੀਜ਼ ਚੰਗੀ ਆ ਉਹ ਤੋਂ ਲੈ ਲਓ ਉਦਾਂ ਯਾਰ ਆਪਣੇ ਪਿੰਡ ਵਾਲਾ ਮੁੰਡਾ ਸੁਖਦੀਪ ਆਇਆ ਥੋੜੀ ਹੈਰਾਨੀ ਹੋਈ ਇਸ ਗੱਲ ਦੀ ਵੀ ਬਾਈ ਨੇ ਇੰਨੇ ਦਿਲ ਨਾਲ ਵੈਲਕਮ ਕਿਵੇਂ ਕੀਤਾ ਪਰ ਮੈਨੂੰ ਇਹ ਲੱਗਦਾ ਸੀਗਾ ਕਿ ਯਾਰ ਵੀ ਆਪਣੇ ਪਿੰਡ ਦਾ ਬੰਦਾ ਜੇ ਉੱਠ ਰਿਹਾ ਆਪਾਂ ਨੂੰ ਪੂਰੇ ਦਿਲ ਨਾਲ ਸਪੋਰਟ ਇੰਨਾ ਐਂ ਦਿਲ ਪਾੜ ਕੇ ਰੱਖ ਦੇਣਾ ਚਾਹੀਦਾ ਵੀ ਆਪਣੇ ਪਿੰਡ ਦਾ ਨਾਂ ਬਣਦਾ ਹੁਣ ਆਪਣੇ ਆਪਣੇ ਵਾਲਾ ਅਮਨਾ ਉਹ ਕਮੈਂਟਰੀ ਕਰਦਾ ਜਦੋਂ ਅਗਲਾ ਕਹਿੰਦਾ ਅਮਨਾ ਲੋਪੋ ਜਾਂ ਲੋਪੋ ਵਾਲਾ ਕਰੀ ਗੱਲ ਉਹ ਆਪਦਾ ਸੀਨਾ ਐਂ ਹੋ ਜਾਂਦਾ ਪਿੰਡ ਦਾ ਤਾਂ ਆਪਦੇ ਦੇ ਨਾਲ ਹੀ ਬੋਲਦਾ ਹੁਣ ਮੰਨ ਲਓ ਅਮਨੇ ਦੀ ਚੜ੍ਹਾਈ ਆ ਫੁੱਲ ਚੜ੍ਹਾਈ ਆ ਮੰਨ ਲਓ ਆਪਾਂ ਅਮਨੇ ਦੇ ਵਿਰੋਧੀ ਆ ਅਮਨੇ ਦੇ ਆਪਾਂ ਵਿਰੋਧੀ ਬੰਦੇ ਆ ਤੇ ਆਪਾਂ ਕਿਸੇ ਪ੍ਰੋਗਰਾਮ ਚ ਬੈਠੇ ਆ ਪ੍ਰੋਗਰਾਮ ਚ ਚੱਲ ਪਈ ਅਮਨੇ ਦੀ ਗੱਲ ਅਮਨੇ ਦੀ ਚੜ੍ਹਾਈ ਆ ਉੱਥੇ ਫਿਰ ਜੇ ਤਾਂ ਜੇ ਅਗਲਾ ਕਹਿੰਦਾ ਵੀ ਤੁਹਾਡੇ ਪਿੰਡ ਵਾਲਾ ਆਉਣਾ ਆਪਾਂ ਕਹੋ ਉਹ ਬੜਾ ਬੰਦਾ ਤੇਰੀ ਵੀ ਇੱਜ਼ਤ ਘੱਟ ਗਈ ਸਾਡਾ ਯਾਰ ਆ ਫੋਨ ਉਹਨੂੰ ਲਾਗੇ ਫੋਨ ਫੇਰ ਅਗਲੇ ਦਾ ਮਨ ਖੁਸ਼ ਅਗਲਾ ਕਹੂਗਾ ਵੀ ਲੈ ਇਹਨਾਂ ਦਾ ਤਾਂ ਯਾਰ ਯਾਰ ਇਹਨਾਂ ਦਾ ਭਰਾ ਜਿਵੇਂ ਹੁਣ ਆਮ ਹੀ ਲੋਕ ਕਹਿ ਦਿੰਦੇ ਜਿਹੜੇ ਬੰਦੇ ਦੀ ਚਾਰ ਬੰਦੇ ਗੱਲ ਸੁਣਦੇ ਆ ਉਹ ਮਾਣਨਾ ਹੀ ਕਹਿ ਦਿੰਦੇ ਆ ਜੇ ਹਰਮੋਨ ਹੋਣੀ ਕਹਿ ਦਿੰਦੇ ਸਾਡਾ ਚਾਚਾ ਉਹ ਟਿਚਰਾਂ ਕਰਨ ਲੱਗ ਜਾਂਦੇ ਉੱਥੇ ਕਹਿੰਦੇ ਜਿਹਦੀ ਮਾੜਾ ਜਿਹਾ ਕੋਈ ਗੱਲ ਸੁਣਦਾ ਉਹਨੂੰ ਸਾਰੇ ਹੀ ਚਾਚਾ ਬਣਾ ਲੈਂਦੇ ਆ ਉਹ ਆਖਦਾ ਸੀ ਹਰਮੋਨ ਚੈਣੇ ਹੋਣੀ ਵੀ ਕਹਿ ਦਿੰਦੇ ਆ ਪਰ ਇਹ ਗੱਲ ਐਂ ਹੁੰਦੀ ਆ ਜਿਵੇਂ ਇੱਥੇ ਗੱਲ ਕਿਹਨੇ ਆਖੀ ਸੀ ਯਾਰ ਗਿਆਨੀ ਨੇ ਜੈਸੀ ਕੇ ਗਿਆਨੀ ਨੇ ਵੀ ਤੂੰ ਆਖਿਆ ਸੀ ਉਹ ਬੰਦਾ ਕਹਿੰਦਾ ਬਾਈ ਤੈਨੂੰ ਬੰਦਿਆਂ ਨੇ ਮਿਲਣ ਆਉਣਾ ਵੀ ਤੂੰ ਆਖਿਆ ਸੀ ਵੀ ਯਾਰ ਐਡੀ ਵੀ ਕਿਹੜੀ ਗੱਲ ਤੂੰ ਕਹਿੰਦਾ ਇੱਥੇ ਫਿਰਦਾ ਹੁੰਦਾ ਖੇਤ ਧੱਕੇ ਖਾਂਦਾ ਉਹਦਾ ਨਾਂ ਬਾਈ ਨਹੀਂ ਯਾਰ ਇਹ ਗੱਲ ਇਹ ਚ ਸਾਡੀ ਵੀ ਇੱਜ਼ਤ ਘਟਦੀ ਜੇ ਤੇਰਾ ਚਾਰ ਬੰਦੇ ਨਾਂ ਲੈਂਦੇ ਆ ਅਸੀਂ ਵੀ ਕਹੀਏ ਸਾਡੀ ਵੀ ਤਾਂ ਹੀ ਟੌਰ ਆ ਉਹ ਗਾਹ ਵਧੂ ਸੋਚ ਆ ਉਹਦੀ ਸੋਚ ਉਹ ਬੰਦਾ ਕਾਮਯਾਬ ਵੀ ਤਾਂ ਉਹ ਕਿਸਾਨ ਸਫਲ ਆ ਕੱਲਾ ਬੰਦਾ ਬਿਨਾਂ ਦਿਹਾੜਗੇ ਤੋਂ ਇੱਥੇ ਵੀ ਖੇਤੀ ਕਰਦਾ ਕਮਾਇਨ ਵੀ ਲਈ ਫਿਰਦਾ ਉਹਦਾ ਮਨ ਸਾਫ ਆ ਜੇ ਬਾਪੂ ਕਹਿੰਦਾ ਹੁੰਦਾ ਸੀ ਗਵਾਂਢੀ ਦਾ ਝੋਨਾ ਚੰਗਾ ਤਾਂ ਤੁਸੀਂ ਕਹੋ ਵੀ ਹਾਂ ਠੀਕ ਆ ਮਨ ਤੁਹਾਡਾ ਖੁਸ਼ ਹੋਣਾ ਜੇ ਤੁਹਾਡਾ ਮਨ ਦੁਖੀ ਆ ਉਹਦਾ ਝੋਨਾ ਬੜਾ ਚੰਗਾ ਸਾਡਾ ਮਾੜਾ ਏ ਤੁਹਾਡੀ ਫਸਲ ਤੇ ਭਾਰ ਪਊਗਾ ਪੱਠੇ ਚੰਗੇ ਆ ਤੁਹਾਡੇ ਤਾਂ ਗਵਾਂਢੀ ਨੂੰ ਕਹੋ ਤੂੰ ਆਹ ਚੀਜ਼ ਪਾ ਲਾ ਫਿਰ ਸਾਡੇ ਅਰਗੇ ਹੋ ਜਾ ਆਪਣੇ ਲੋਕ ਲੀਟਰ ਲੁਕੋ ਲੈਂਦੇ ਹਾਂ ਆਪਣੇ ਲੋਕ ਕੀ ਕਰਦੇ ਜਦੋਂ ਦਵਾਈ ਪਾਉਣੀ ਆ ਤੇ ਹੋਰ ਬਾਲਟੀ ਚ ਪਾ ਲੈਂਦੇ ਬਾਹਲੇ ਬੰਦੇ ਦੇਖੇ ਲੀਟਰ ਲੁਕਾਉਂਦੇ ਆ ਅਗਲਾਂ ਦੇ ਲੀਟਰ ਹਾਂ ਹੁਣ ਚਰੀ ਪੁੱਛਿਆ ਆਪਣੀ ਚਰੀ ਆ ਜੰਬੋ ਗੋਲਡ ਸੋਹਣੀ ਆ ਮਨਜੀਤੇ ਨੇ ਪੁੱਛਿਆ ਕਿਹੜੀ ਆ ਮੈਂ ਕਿਹਾ ਬਾਈ ਆਹ ਪੈਕਟ ਪਿਆ ਚਾਚੇ ਦੀਸ਼ੇ ਨੇ ਪੁੱਛਿਆ ਆਹ ਪੈਕਟ ਪਿਆ ਉੱਥੋਂ ਪੁੱਛਿਆ ਕਿਸੇ ਨੇ ਤੇ ਸਵਾਦ ਆ ਜੇ ਅਗਲੇ ਦੀ ਵੀ ਇਹੋ ਜਿਹੇ ਪੱਠੇ ਹੋ ਜਾਣ ਤੇ ਉਹਦੇ ਨਾਲ ਤੇਰਾ ਘਟਦਾ ਕੀ ਆ ਘਟਦਾ ਕੀ ਆ
ਕੀ ਤੋਂ ਲਿਆਂਦੀ ਹੈ ਫਲਾਨੀ ਦੁਕਾਨ ਤੋਂ ਲਿਆਂਦੀ ਹੈ ਉਹ ਦੱਸ ਦਿਓ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ ਦੱਸ ਦਿਓ ਅਗਲੇ ਦਾ ਚਲੋ ਅਗਲੇ ਦਾ ਗਾਹਕ ਬਣ ਜਾਊਗਾ ਆਪਾਂ ਘਟ ਨਹੀਂ ਕੋਈ ਆਪਾਂ ਨੂੰ ਚੰਗੀ ਚੀਜ਼ ਦਿੱਤੀ ਪਰ ਸਾਡੇ ਲੋਕਾਂ 'ਚ ਆਹ ਗੱਲ ਹੈ ਨਹੀਂ ਸਾਡਾ ਦਿਮਾਗ ਬਹੁਤ ਆ ਸਾਡਾ ਲਾਲਿਆਂ ਨਾਲੋਂ ਦਿਮਾਗ ਘੱਟ ਨਹੀਂ ਸਾਡਾ ਲੀਡਰਾਂ ਨਾਲੋਂ ਘੱਟ ਨਹੀਂ ਦਿਮਾਗ ਲੱਤਾਂ ਖਿੱਚਣ 'ਚ ਵੱਧ ਲੱਤਾਂ ਖਿੱਚਣ 'ਚ ਬਸ ਵੱਧ ਆ ਫਲਾਨਾ ਬੰਦਾ ਕਾਮਯਾਬ ਕਿਵੇਂ ਹੋਇਆ ਉਹ ਨਹੀਂ ਦੇਖਣਾ ਬਈ ਉਹ ਕਾਮਯਾਬ ਕਿਵੇਂ ਹੋਇਆ ਉਹ ਤੋਂ ਮਾੜੀ ਜਿਹੀ ਨਹੀਂ ਰਹਿ ਲੈਣੀ ਉਹਦੀ ਉਹਨੂੰ ਦੇਖ ਲਓ ਕਾਮਯਾਬ ਹੋਇਆ ਅਸੀਂ ਵੀ ਹੁਣ ਉਹ ਆਉਂਦੇ ਵੀ ਉਹਨੂੰ ਹੁਣ ਸਿੱਟਣਾ ਕਿਵੇਂ ਉਹ ਆਪਣੇ ਵਰਗਾ ਕਿਵੇਂ ਹੋਇਆ ਉਹਨੂੰ ਬਦਨਾਮ ਕਿਵੇਂ ਕਰਨਾ ਉਹ ਪਿੱਛੇ ਜਾਓ ਪਿੱਛੇ ਉਹਨੇ ਕੀ ਕੀਤਾ ਜਾਂ ਹੁਣ ਉਹ ਕੀ ਕਰਦਾ ਉਹ ਖਾਨਦਾਨ ਚ ਕਿਵੇਂ ਨਸ਼ਾ ਕਰਦਾ ਉਹ ਦਾਰੂ ਪੀਂਦਾ ਉਹ ਕੀ ਕਰਦਾ ਉਹ ਪਤਾ ਕਰੋ ਉਹ ਵੀ ਉਹਦੇ ਬਿਜ਼ਨਸ ਤੇ ਫਰਕ ਪੈ ਜਾਵੇ ਪਰ ਨਹੀਂ ਪੈਂਦਾ ਉਹਨੂੰ ਨਹੀਂ ਫਰਕ ਪੈਂਦਾ ਜੇ ਉਹਦੀ ਨੀਤ ਸਾਫ਼ ਆ ਜਿੱਦਣ ਉਹਦੀ ਸੋਚ ਮਾੜੀ ਹੋ ਗਈ ਬਈ ਮੈਂ ਫਲਾਨੇ ਤੋਂ ਗਾਂਹ ਲੰਘਣਾ ਮੈਂ ਉਹਨੂੰ ਸਿੱਟ ਕੇ ਲੰਘਣਾ ਉਦੋਂ ਡਿੱਗ ਉਦੋਂ ਉਹ ਡਿੱਗ ਸਿੱਟੀਏ ਬਾਈ ਫਾਕਰੇ ਗਿਆ ਜਿਹਨੂੰ ਗਾਂਹ ਨਾ ਆਇਆ ਪ੍ਰੀਤ ਓਏ ਆਇਆ ਜਵਾਨਾ ਓਏ